ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਅਸੀਂ ਘਰ ਬੈਠੇ ਹਾਂ ਅਤੇ ਘਰ ਦੇ ਵਿੱਚ ਬੈਠੇ ਕੁਝ ਪ੍ਰੈਕਟਿਸ ਰਿਆਜ਼ ਅੱਜ ਕਰ ਰਹੇ ਸੀ ਅਤੇ ਮੇਰੇ ਨਾਲ ਅੱਜ ਬਹੁਤ ਹੀ ਸਾਡੇ ਉਸਤਾਦ ਤਬਲਾ ਵਾਦਕ ਅਤੇ ਮਿੱਤਰ ਸਾਡੇ ਨਾਲ ਬੈਠੇ ਹੋਏ ਨੇ। ਜਿੱਥੇ ਸਾਡਾ ਜੱਥਾ ਬੈਠਾ ਹੈ ਉੱਥੇ ਸਾਰੇ ਅਸੀਂ ਫਰੈਂਡਸ ਮਿੱਤਰ ਸਾਰੇ ਰਿਆਜ਼ ਕਰ ਰਹੇ ਹਾਂ ਬੈਠ ਕੇ। ਤੁਹਾਨੂੰ ਮਿਲਾਉਂਦੇ ਹਾਂ ਜੀ ਸਾਰਿਆਂ ਦੇ ਨਾਲ ਜੀ। ਸਭ ਤੋਂ ਪਹਿਲਾਂ ਮਿਲੋ ਜੀ ਜਗਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਾਦ ਤਬਲਚੀ ਨੇ ਜੀ ਸਾਡੇ, ਇਹਨਾਂ ਕੋਲੋਂ ਜਿੰਨਾ ਮੈਟਰ ਹੈ ਅਤੇ ਸਾਡੇ ਜਲੰਧਰ ਦੇ ਵਿੱਚ ਬਹੁਤ ਘੱਟ ਤਬਲਾ ਵਾਦਕ ਨੇ ਜਿੰਨਾ ਕੋਈ ਇੰਨਾ ਮੈਟਰ ਹੋਏਗਾ। ਨਹੀਂ ਇਹ ਮਜ਼ਾਕ ਵਾਲੀ ਗੱਲ ਨਹੀਂ, ਸੱਚੀ ਬਹੁਤ ਸਿਆਣੇ ਤਬਲਾ ਵਾਦਕ ਅਤੇ ਨਾਲ ਬੈਠੇ ਨੇ ਜੀ। ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ, ਅਮਨਜੋਤ ਸਿੰਘ ਜੀ ਦਾਸ ਨਿਮਾਣਾ ਜਿਹਾ, ਹਾਂ ਨਿਮਾਣਾ ਜਿਹਾ ਦਾਸ, ਇਹਨਾਂ ਵਰਗਿਆਂ ਵੀਰਾਂ ਕੋਲੋਂ ਸਿੱਖੀ ਦਾ ਅਤੇ ਸਾਡੇ ਸ਼ਾਗਿਰਦ ਨੇ, ਵੈਸੇ ਬੜੇ ਸੀਨੀਅਰ ਸਾਡੇ ਤੋਂ। ਉੱਚਾ ਬੋਲੋ। ਮੈਂ ਕਿਹਾ ਸਾਡੇ ਸੀਨੀਅਰ ਨੇ ਕਾਫੀ ਉਸਤਾਦ ਜੀ ਦੇ ਸ਼ਾਗਿਰਦ, ਹਾਂ, ਅਤੇ ਇਹਨਾਂ ਨਾਲ ਬਹਿ ਕੇ ਰਿਆਜ਼ ਵਗੈਰਾ ਸਾਰਾ ਕੁਛ ਇਹਨਾਂ ਤੋਂ ਸਿੱਖੀਦਾ ਕੀ ਟੈਕਨੀਕ ਸਿੱਖੀ। ਉਸਤਾਦ ਕੁਲਵਿੰਦਰ ਸਿੰਘ ਜੀ ਦੇ ਸਾਰੇ ਸ਼ਾਗਿਰਦ ਨੇ ਜੀ, ਸਾਰੇ ਸੀਨੀਅਰ ਸ਼ਾਗਿਰਦ ਨੇ, ਖਾਸ ਕਰਕੇ ਜਗਮੋਹਨ ਸਿੰਘ ਜੀ। ਅਤੇ ਤੀਸਰੇ ਨੰਬਰ 'ਤੇ ਜੀ ਜਗਮੋਹਨ ਜੀ, ਤੁਸੀਂ ਆਇਓ ਪਹਿਲਾਂ, ਪਹਿਲਾਂ ਤੁਸੀਂ ਆਇਓ, ਹਾਂ ਸਾਲ ਡੇਢ ਸਾਲ ਹੋ ਗਏ, ਦੋ ਸਾਲ ਹੀ ਹੋ ਗਏ ਹੁਣ, ਜ਼ਿਆਦਾ ਹੋ ਗਿਆ ਹੁਣ। ਤੇ ਨਾਲ ਬੈਠੇ ਆ ਜੀ ਸਿਮਰਨਜੀਤ ਸਿੰਘ ਜੀ, ਇਹ ਸਾਡਾ ਸੁਰੀਲਾ ਮੁੰਡਾ ਜੀ, ਇਹ ਸਾਡੇ ਨਾਲ ਰਿਆਜ਼ ਤੇ ਅੱਜ ਬੈਠਾ ਹੋਇਆ ਜੀ, ਤੇ ਬਹੁਤ ਸੋਹਣਾ ਗਾਉਂਦਾ ਜੀ, ਸਾਡੇ ਨਾਲ ਬਖੂਬੀ ਸਾਥ ਨਿਭਾ ਰਿਹਾ ਜੀ। ਸੋ ਕੁਝ ਇੱਕ ਸਿੰਘ ਨੇ ਹੋਰ ਆਉਣਾ ਸੀ, ਉਹਦਾ ਮਿਸਿੰਗ ਆ। ਅੱਛਾ, ਇੱਕ ਸਿੰਘ ਹੋਰ ਆ ਰਿਹਾ, ਉਹਦਾ ਕੀ ਨਾਮ? ਜਸਕਰਨ ਸਿੰਘ, ਇੱਕ ਸਾਡਾ ਸਿੰਘ ਹੈ ਜੀ ਹੋਰ ਆ ਰਿਹਾ, ਉਹ ਵੀ ਤਬਲਾ ਵਾਦਕ ਹੈ, ਅਤੇ ਉਹ ਵੀ ਤੁਹਾਨੂੰ ਸੁਣਾਵਾਂਗੇ। ਅਤੇ ਥੋੜ੍ਹਾ ਜਿਹਾ ਤੁਸੀਂ ਸਾਡਾ ਪ੍ਰੈਕਟਿਸ ਸੈਸ਼ਨ ਦੇਖ ਲਓ ਵੀ ਅਸੀਂ ਕਿੱਦਾਂ ਕਰਦੇ ਹਾਂ ਜੀ। ਅਤੇ ਇਹ ਕੈਮਰਾ ਜਾਏਗਾ ਜੀ ਜਸਤੇਜ ਸਿੰਘ ਜੀ ਕੋਲੋਂ। ਜਸਤੇਜ ਜੀ, ਹਰਤੇਜ ਸਿੰਘ ਜੀ, ਇੱਥੋਂ ਬਣਾ ਲਓ ਜੀ ਤੁਸੀਂ। ਯਾਰ ਤੂੰ
ਆਪਣੇ ਵੱਲ ਨੂੰ ਕਰਾਂਗੇ ਹੁਣ। ਸੋ ਇਹ ਅੱਜ ਦਾ ਵਲੌਗ ਜੀ ਇੱਦਾਂ ਹੀ ਜਾਰੀ ਰਹੇਗਾ, ਤੁਹਾਨੂੰ ਹੋਰ ਵੀ ਅਸੀਂ ਚੀਜ਼ਾਂ ਸੁਣਾਵਾਂਗੇ। ਇੱਥੇ ਤਬਲੇ ਦੇ ਵੀ ਸੋਲੋ ਵੱਜਣੇ ਨੇ ਹਲੇ, ਅਤੇ ਸਿਮਰਨ ਵੀਰ ਸਾਡਾ ਇਹ ਸਾਨੂੰ ਦਿਲਰੁਬਾ ਵੀ ਸੁਣਾਏਗਾ। ਦਿਲਰੁਬਾ ਵੀ ਬਹੁਤ ਅੱਛੀ ਵਜਾਉਂਦਾ ਜੀ ਇਹ। ਸੋ ਇਹ ਮੇਰਾ ਮਿਊਜ਼ਿਕ ਰੂਮ ਹੈ ਜੀ, ਅਸੀਂ ਬੈਠੇ ਹਾਂ ਸਾਰੇ, ਬਹੁਤ ਆਨੰਦ ਹੈ ਜੀ ਇੱਥੇ, ਬਹੁਤ ਆਨੰਦ ਆ ਰਿਹਾ ਸਾਡੇ ਮਿਊਜ਼ਿਕ ਰੂਮ ਦੀ ਜਿਹੜੀ ਸ਼ੋਭਾ ਹੈ ਹੋਰ ਵੱਧਦੀ ਹੈ। ਸੋ ਬਾਕੀ ਦੀ ਤੁਹਾਨੂੰ ਨਾਲ ਨਾਲ ਅਸੀਂ ਰਿਆਜ਼ ਸਾਡਾ ਦਿਖਾਉਂਦੇ ਜਾਂਦੇ ਹਾਂ ਜੀ। ਧੰਨਵਾਦ।
ਫਿਰ ਗਾਉਣ ਵਾਲੇ ਚੁੱਪ ਕਰ ਜਾਂਦੇ ਨੇ। ਮੇਰਾ ਵਾਜਾ ਖੁੱਲ੍ਹਾ ਆ ਪਰ ਮੈਂ ਚੁੱਪ ਹਾਂ ਕਿਉਂਕਿ ਇਹ ਚਾਰ ਚਾਰ ਤਬਲਾ ਵਾਦਕ ਬੈਠੇ ਹੋਏ ਨੇ। ਕਿਉਂ ਸਿੰਮੀ ਵੀਰੇ ਹੁਣ ਇਹ ਬੋਲੀ ਜਾ ਰਹੇ ਨੇ, ਹੁਣ ਅਸੀਂ ਚੁੱਪ ਹਾਂ, ਇਹਨਾਂ ਨੇ ਨੀ ਬੋਲਣ ਦੇਣਾ, ਸਾਡੀ ਆਵਾਜ਼ਾਂ ਇੰਨੀਆਂ ਰਹਿ ਗਈਆਂ ਠਾਠਾ ਲਾਈ ਪਈ ਹੋਈ ਇਹਨਾਂ ਨੇ। ਚਾਰ ਚਾਰ ਤਬਲੇ ਵਜਾਏ ਅਸੀਂ, ਚਾਹ ਵੀ ਛਕ ਲਈ ਅਸੀਂ, ਮਤਲਬ ਗੁਰੂ ਦੀ ਕਿਰਪਾ ਹੋ ਗਈ, ਅੱਜ ਚੰਗਾ ਜ਼ੋਰ ਲਾਇਆ ਅਸੀਂ ਚਾਰ ਪੰਜ ਘੰਟੇ ਅਮਨ ਜੀ, ਤੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।